ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਸਟਰ ਕਾਡਰ ਅਤੇ ਇਸ ਦੇ ਬਰਾਬਰ ਦੇ ਕਾਡਰਾਂ ਲਈ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਰਕਾਰ ਨੇ ਬੀਤੀ 28 April ਨੂੰ ਹੋਈ ਕੈਬਨਟ ਮੀਟਿੰਗ ਵਿੱਚ ਇਸ ਸੰਬੰਧੀ ਫੈਸਲਾ ਲਿਆ ਸੀ ਇਸ ਮੁਤਾਬਕ PAU ਦੇ ਅਧਿਆਪਕਾਂ ਨੂੰ 7ਵੇਂ ਤਨਖਾਹ ਕਮਿਸ਼ਨ ਅਨੁਸਾਰ 1 ਜਨਵਰੀ 2016 ਤੋਂ ਨਵੀਂ ਤਨਖਾਹ ਮਿਲੇਗੀ ਇਸ ਵੇਲੇ ਇਸ ਦਾ ਭੁਗਤਾਨ ਅਪ੍ਰੈਲ 2023 ਤੋਂ ਸ਼ੁਰੂ ਹੋਵੇਗਾ ਅਤੇ ਮਈ ਦੀ ਤਨਖਾਹ ਵਿੱਚ ਪ੍ਰਾਪਤ ਕੀਤਾ ਜਾਵੇਗਾ ਹਾਲਾਂਕਿ ਸੋਧੇ ਹੋਏ ਤਨਖਾਹ ਸਕੇਲ ਨਾਲ ਸੰਬੰਧਿਤ ਬਕਾਏ ਦੀ ਅਦਾਇਗੀ ਬਾਰੇ ਸਰਕਾਰ ਫਖਰਾ ਫੈਸਲਾ ਲਵੇਗੀ ਸਰਕਾਰ ਦੇ ਇਸ ਇਸ ਫੈਸਲੇ ਨਾਲ ਪੀਓਜੀ ਦੇ ਅਧਿਆਪਕਾਂ ਦੀ ਜਿਹੜੀ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਉਹ ਪੂਰੀ ਹੋਈ ਹੈ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ बुधवार ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੀਏਯੂ ਵਿੱਚ ਸਹਾਇਕ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਅਤੇ ਪ੍ਰੋਫੈਸਰ ਦੀਆਂ ਅਸਾਮੀਆਂ ਤੇ ਸਿਰਫ 3 ਲੋਕ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਵੱਖ-ਵੱਖ ਪੱਧਰਾ ਤੇ ਲਾਇਬ੍ਰੇਰੀ ਅਤੇ ਸਰੀਰਕ ਸਿੱਖਿਆ ਕਰਮਚਾਰੀਆਂ ਦੀਆਂ ਮੌਜੂਦਾ ਅਸਾਮੀਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਨੋਟੀਫਿਕੇਸ਼ਨ ਮੁਤਾਬਕ 1 ਜਨਵਰੀ 2016 ਨੂੰ ਪੀਏਯੂ ਵਿੱਚ ਇੱਕ ਅਧਿਆਪਕ ਦੀ ਜਿੰਨੀ ਤਨਖਾਹ ਸੀ ਉਸ ਨੂੰ 31 ਦਸੰਬਰ 2015 ਨੂੰ ਪੂਰਵ ਸੰਸ਼ੋਧਿਤ ਤਨਖਾਹ ਢਾਂਚੇ ਦੇ ਤਹਿਤ ਮੌਜੂਦਾ ਤਨਖਾਹ ਨਾਲ 2.57 ਦੇ ਗੁਣਾ ਨਾਲ ਗੁਣਾ ਕੀਤਾ ਜਾਵੇਗਾ